स्वागत है किसान वीरों तुहाडा यूट्यूब चैनल सिद्दक डेयरी फार्मिंग दे विच। किसान वीरों अज जिहड़ी वीडियो बना रहे हैं एक बार फिर तो पिंड सैदोके तहसील निहाल सिंह वाला ते जिला दोस्तों इहनू मोगा ही पैंदा है। इस पिंड दे विचों इस घर दियां दोस्तों कई वीडियो चैनल उत्ते अपलोड है। उन्हां वीडियो दे विच वी तुहानू दस्सिया सीगा वी इहनां दा पुराना गाइयां दा सेल परचेज दा काम आ, व्यापार दा काम आ, ज्यादा गाइयां आउंदियां, मझ कदे कदे कोई टावी मझ इहनां कोल आउंदी है, पर जिहड़ी गां आउंदी है दोस्तों उह हमेशा जिहड़ी है चंगी क्वालिटी दी आउंदी है, क्योंकि इह चंगी गां ही खरीददे आ। जां उहनां वीडियो दे विच वी दोस्तों तुहानू दस्सिया सीगा वी रेंज इहनां दी जिहड़ी गाइयां दी उह 50,000 तों उपर उपर दी है, ते उदू बाद च दोस्तों लख सवा लख उदू उत्ते ज्यादा कीमत दे पशु वी इहनां कोल आउंदे आ। बाकी ज्यादा जिहड़े पशु आ दोस्तों जिवें हुण वी गल्लां बातां बाई जी उहनां नाल कीतियां, अगे वीडियो च वी आपां इहनां नाल गल्लां बातां करांगे, ज्यादा पशु इहनां दे बाहर नूं जांदे आ, होर स्टेट दे विच जांदे आ, पंजाब दे विचों खरीद करदे आ, अगे दोस्तों बाहरलियां स्टेटां दे वीर जिहड़े इहनां कोलों पशु लै के जांदे, तुसीं सामने बोर्ड दे उत्ते वी देख रहे होवोंगे। ट्रांसपोर्ट दा इहनां कोल खास प्रबंध है। बाकी जिहड़े वीर कोई बाहरों इस वीडियो नूं देख रहे आ, पंजाबी नूं समझदे आ, ਉਹ ਵੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਆ। ਆਓ ਦੋਸਤੋ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। 5 ਗਾਈਆਂ ਅੱਜ ਇਸ ਟਾਈਮ ਇਹਨਾਂ ਕੋਲ ਵਿਕਾਊ ਹੈ, ਬਾਕੀ ਦੋਸਤੋ ਸੇਲ ਹੋਈਆਂ ਵੀਆਂ। 5 ਬਾਰੇ ਆਪਾਂ ਗੱਲਬਾਤ ਕਰਦੇ ਹਾਂ ਅਤੇ ਡਿਟੇਲ 'ਚ ਇਹਨਾਂ ਤੋਂ ਉਹਨਾਂ ਬਾਰੇ ਪਤਾ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਵਪਾਰ ਦਾ ਕੰਮ ਆਪਣਾ ਵੀਰੇ? ਬਾਈ ਵਪਾਰ ਦਾ ਕੰਮ ਜੀ। ਠੀਕ ਹੈ, ਗਾਈਆਂ ਕਿੰਨੀਆਂ ਕੁ ਰੂਟੀਨ 'ਚ ਆਉਂਦੀਆਂ ਵੀਰੇ? ਗਾਈਆਂ ਬਈ ਡੇਲੀ 5-7 ਆਈ ਜਾਂਦੀਆਂ ਜੀ। 5-4 ਆਈ ਜਾਂਦੇ? ਹਾਂਜੀ ਹਾਂਜੀ। ਜ਼ਿਆਦਾ ਵਿਕਦੀਆਂ ਫਿਰ ਬਾਹਰਲੀ ਸਟੇਟ ਦੇ ਲੋਕ? ਬਾਹਰਲੀ ਸਟੇਟ ਹੀ ਜਾਂਦੇ, ਪਿੰਡਾਂ ਦਾ ਲੋਕਲ ਕੰਮ ਘੱਟ ਜਾਂਦਾ ਜੀ। ਬਾਹਰ ਸਟੇਟ ਜਿਵੇਂ ਜੀ ਮੰਨ ਲਓ MP ਹੋ ਗਿਆ, ਮਹਾਰਾਸ਼ਟਰ ਹੋ ਗਿਆ, ਗੁਜਰਾਤ ਹੋ ਗਿਆ, ਠੀਕ ਹੈ, ਬੈਂਗਲੌਰ ਹੋ ਗਿਆ, ਠੀਕ ਹੈ, ਤੇ ਇਹ ਸਾਰੇ ਸਟੇਟਾਂ ਹੀ ਜਾਂਦੀਆਂ ਬਈ। ਇਹਨਾਂ 'ਚ ਫਿਰ ਆਪਾਂ ਟਰਾਂਸਪੋਰਟ? ਟਰਾਂਸਪੋਰਟ ਵੀਰੇ ਇੱਥੋਂ ਆਪਣੇ ਚੱਕ ਦਿੰਦੇ ਆਪਾਂ ਜੀ, ਆਪ ਹੀ ਵਿਧਰੋ ਭੇਜਦਾ, ਪ੍ਰਬੰਧ ਹੈ ਜੀ। ਠੀਕ ਹੈ, ਯਾਨੀ ਪਹੁੰਚ ਤਾਂ ਆਪਾਂ ਕਰਕੇ ਦਿੰਦੇ ਆ, ਪਹੁੰਚ ਪ੍ਰਬੰਧ ਹੈ ਹਾਂਜੀ ਸਾਰਾ ਬਈ ਜੀ। ਠੀਕ ਹੈ, ਇੱਕ ਗੱਡੀ ਫਿਰ ਕਿੰਨੇ ਕੁ ਗਾਈਆਂ ਜਾਂਦੀਆਂ ਬਾਹਰ ਨੂੰ ਜਦੋਂ? ਇੱਕ ਗੱਡੀ ਜਿਹੜੀ ਤਾਂ ਵੱਡੀ ਆ ਗੱਡੀ ਆ, ਮੰਨ ਲਾ ਤੇ ਜਿਹੜੀ ਨੂੰ ਜਾਂ 10 ਪੈ ਨਹੀਂ ਉੱਥੇ 8 ਗਾਈਆਂ ਪਾਉਣੇ ਆ, ਕਿਉਂ ਗਾਈਆਂ ਠੰਡੇ ਮਦਰ ਰਿਲੈਕਸ ਹੋ ਜਾਂਦੀਆਂ। ਠੀਕ ਹੈ, 8 ਗਾਈਆਂ ਟਾਇਰ ਫਿਰ ਕੰਮ ਫਿਰ ਲੋਟੀਆਂ ਦਾ ਨਾ ਬਾਰਡ ਜ਼ਰੂਰ ਦਾ ਸਫਰ ਹੁੰਦਾ ਜਦੋਂ। ਠੀਕ ਹੈ, ਅੱਛਾ ਜਿਹੜੀ ਆਪਾਂ ਵੀਡੀਓ ਬਣਾ ਰਹੇ ਇਹਦੇ 'ਚ ਇੱਕ ਪਹਿਲੇ ਨੰਬਰ ਤੇ ਕਾਲੀ ਜਿਹੜੀ ਸੂਣ ਨੂੰ ਤਿਆਰ ਹੈ। ਹਾਂਜੀ ਬਾਈ ਜੀ। ਇਹਨੇ 91 ਸੂਏ ਸੂਣ? ਇਹਨੇ 200 ਸੂਣਾ ਬਾਈ ਜੀ। ਠੀਕ ਹੈ, ਪਹਿਲੇ ਸੂਏ ਦਾ ਦੁੱਧ ਦਾ ਰਿਕਾਰਡ? ਪਹਿਲੇ ਸੂਏ ਦਾ 35 ਪਲੱਸ ਦੁੱਧ ਦਾ ਰਿਕਾਰਡ ਹੈਗਾ ਬਾਈ ਜੀ। 35 ਪਲੱਸ ਦੱਸਿਆ ਤੁਹਾਨੂੰ। ਠੀਕ ਹੈ, ਦੂਜੇ ਸੂਏ ਸੂਣ? ਠੀਕ ਹੈ, ਤੇ ਇਹਦੇ ਕਿੰਨੇ ਦਿਨ ਰਹਿ ਗਏ ਵੀਰੇ? ਇਹਦੇ ਦਿਨ ਬਾਈ ਜੀ ਬਸ ਤਿਆਰ ਹੀ, 1-2 ਦਿਨ ਮਸਾ ਲਊਗੀ। 1-2 ਦਿਨਾਂ ਬਾਈ ਜੀ ਇਹਨੇ ਸੂ ਪੈਣਾ। ਠੀਕ ਹੈ, ਤੇ ਰੇਟ ਬਾਈ ਜੀ ਆਪਾਂ ਇਹਦਾ? ਰੇਟ ਬਾਈ ਜੀ ਨਾਲ ਫੋਨ ਤੇ ਗੱਲ ਕਰ ਲਓ ਨਾ। ਠੀਕ ਹੈ, ਫੋਨ ਤੇ ਗੱਲ ਕਰ ਲੈਂਦੇ ਆ। ਕੋਈ ਅੰਦਾਜ਼ਾ ਜਾ ਦੇ ਦੇ ਵੀ ਕਿੰਨੇ? ਅੰਦਾਜ਼ਾ ਬਾਈ ਇਹਦਾ ਬਸ ਅੰਦਾਜ਼ਾ ਲਾ ਲਓ ਸਾਹਿਬ 75 ਲੱਖ ਦੇ ਵਿੱਚ ਵਿੱਚ ਹੈ ਇਹਦਾ। ਠੀਕ ਹੈ, ਸਾਰੀਆਂ ਗਾਈਆਂ ਦਾ ਦੱਸ ਦਿਓ ਤੁਸੀਂ ਐਸਟੀਮੇਟ। ਬਸ ਸਾਰੀਆਂ ਦੇ ਆਪਣੇ ਕੋਲ 60 ਤੋਂ ਲੈ ਕੇ ਪੂਰੇ ਲੱਖ ਤੱਕ ਰੇਂਜ ਦੀ ਗਾਵਾਂ ਹੈ, 5 ਗਾਵਾਂ ਜਿਹੜਾ ਹੈਗਾ। ਠੀਕ ਹੈ, ਯਾਨੀ 60 ਤੋਂ ਲੈ ਕੇ ਲੱਖ ਦੇ ਵਿੱਚ ਵਿੱਚ ਇਦੋਂ 60 ਤੋਂ ਉੱਤੇ ਸੌਦਾ ਹੋਊਗਾ, ਕੋਈ ਵੀ ਗਾਂ ਕਿਸੇ ਨੇ ਲੈਣੀ ਹੋਵੇ ਤੇ ਗਾਂ ਦੇ ਹਿਸਾਬ ਤੇ ਅਲੱਗ ਅਲੱਗ ਉਹਨਾਂ ਦੇ ਬਾਕੀ ਗਾਂ ਦੇ ਹਿਸਾਬ ਜੇ ਜਿਹੀ ਗਾਂ ਕਿਸੇ ਨੇ ਲੈਣੀ ਹੈ ਨਾ। ਠੀਕ ਹੈ, ਤੇ ਇਹ ਗਾਂ ਦੂਜੇ ਸੂਏ ਸੁਣੀ ਹੈ? ਹਾਂਜੀ ਦੂਜੇ ਸੂਏ ਸੁਣੇ ਬਾਈ, 6 ਦੰਦ ਹੈ ਜੀ। 6 ਦੰਦ? ਠੀਕ ਹੈ, ਖੋਲ ਲਈ ਬਾਈ ਇਹਨੂੰ ਦੋਸਤੋ, ਗਾਂ ਤੋਰ ਕੇ ਦਿਖਾਉਂਦੇ ਆ, ਕੱਦ ਕਾਠ ਬਹੁਤ ਹੈ, ਸੰਭੀ ਚੰਗੀ ਹੈ, ਬਾਕੀ ਉਹ ਦੋਸਤੋ ਇਹਦੀ ਚਮਕ ਹੀ ਤੁਹਾਨੂੰ ਦੱਸੂਗੀ ਵੀ ਇਹਦੀ ਸੰਭਾਲ ਕਿੰਨੀ ਕੁ ਹੋਈ ਵੀ ਹੈ, ਕਿਉਂਕਿ ਜਿਹੜੀ ਉੱਪਰ ਜਿਹੜੇ ਵਾਲ ਆ ਜਾਂ ਦੋਸਤੋ ਉੱਨ ਹੁੰਦੀ ਆ ਉਹ ਦੱਸ ਦਿੰਦੀ ਆ ਪਸ਼ੂ ਦੀ ਸੰਭਾਲ ਕਿੰਨੀ ਕੁ ਹੋਈ ਹੈ। ਵੱਡੇ ਹਵਾਨੇ ਦੀ ਆ ਦੋਸਤੋ, ਤੁਸੀਂ ਵੀਡੀਓ 'ਚੋਂ ਦੇਖ ਹੀ ਲੈਣਾ, ਬਹੁਤ ਵੱਡਾ ਹਵਾਨਾ ਇਹਦਾ। ਚੱਲ ਬਾਈ ਤੋਰ ਲਾ, ਵਿੱਥੀ ਥਣਾ ਤੇ ਵਿੱਚ ਚੰਗੀ ਆ ਦੋਸਤੋ, ਚੰਗੀ ਸੰਭੀ ਹੋਈ ਗਾਂ, ਚੰਗਾ ਦੁੱਧ ਦੇਣ ਦੀ ਸੰਭਾਵਨਾ ਦੋਸਤੋ, ਕੱਦ ਕਾਠ ਵੀ ਬਹੁਤ ਹੈ, ਇਹ ਛੋਟੀਆਂ ਗਾਈਆਂ 'ਚੋਂ ਨਹੀਂ ਹੈਗੀਆਂ ਦੋਸਤੋ, ਇਹ ਧਿਆਨ 'ਚ ਰੱਖੋ ਜੇ। ਹਵਾਨੇ ਜਿਹੜੇ ਆ ਉਹ ਵੀ ਤੁਹਾਨੂੰ ਦੱਸਣਗੇ, ਸੂਣ ਦੇ ਨੇੜਾ ਦੋਸਤੋ, ਜਿਹੜੇ ਹਿਸਾਬ ਤੇ ਇਹਨੇ ਹਵਾਨਾ ਜਿਹੜਾ ਆਪਦਾ ਭਰਿਆ ਹੋਇਆ ਉਹਦੇ ਤੋਂ ਲੱਗਦਾ ਵੀ ਇਹ ਛੇਤੀ ਸੁੱਕੂਗੀ, ਦੇਖ ਸਕਦੇ ਹਾਂ ਦੋਸਤੋ। ਠੰਡੀ ਸੀਲ ਗਾਂ ਉਹ, ਬਾਕੀ ਜਦੋਂ ਦੋਸਤੋ ਇੰਨਾ ਦੁੱਧ ਪਸ਼ੂ ਨੇ ਦੇਣਾ ਤੇ ਉਹਨੂੰ ਤਾਂ ਛੇਤੀ ਹੁੰਦੀ ਹੈ ਵੀ ਕੋਈ ਚੋਲੇ ਮੈਨੂੰ, ਤੁਸੀਂ ਹਵਾਨਾ ਦੇਖ ਸਕਦੇ ਹੋ ਇਹਦਾ ਪਿਛਲੇ ਪਾਸੇ ਨੂੰ ਪੂਰਾ ਵਧਿਆ ਹੋਇਆ। ਇਦੋਂ ਅੱਗੇ ਇੱਕ ਗਾਂ ਜਿਹੜੀ ਆ 2 ਨੰਬਰ ਤੇ ਤੁਹਾਨੂੰ ਦਿਖਾਉਣੀ ਦੋਸਤੋ, ਇਹਦੇ ਬਾਰੇ ਪੁੱਛ ਲੈਣੀ ਬਾਈ, ਇਹਨੇ 91 ਸੂਏ? ਇਹਨੇ ਬਾਈ ਦੂਜੇ ਸੂਏ ਨੇ ਸੁਣਾਈ। ਕਿੰਨੇ ਦਿਨ ਰਹਿੰਦੀ ਆ? 4 ਦਿਨ ਦਾ ਹੁੰਦਾ ਇਹਦੇ ਦਿਨ ਬਾਈ, ਭਾਏ 12-13 ਦਿਨ ਹੈ ਜੀ। 12-13 ਦਿਨ ਪਏ, 4 ਦਿਨ ਦਾ ਮੂੰਹ? 4 ਦਿਨ ਦਾ ਹਾਂਜੀ। ਠੀਕ ਹੈ, ਰੇਟ ਦੀ ਰੇਂਜ ਇਹਦੀ ਵੀ ਉਹਨਾਂ ਦੇ ਵਿੱਚ ਹੀ ਹੈ? ਰੇਟ ਵੀ ਹਾਂਜੀ ਬਾ ਨੇੜੀ ਲੱਗਪੜ ਸਰ ਨੇੜੀ ਹੈ ਜੀ। ਠੀਕ ਹੈ, ਖੋਲ ਨਹੀਂ ਬਾਈ ਨੂੰ ਦੋਸਤੋ, ਦੂਜੇ ਸੂਏ ਸੁਣਾ 4 ਦਿਨ ਦਾ ਭਾਈ ਗੁਰਦੋਤਰ ਤੱਕ ਨੂੰ, ਪਹਿਲੇ ਸੂਏ ਬਾਈ ਜੀ ਦੱਸਦੇ ਵੀ 28 ਕਿਲੋ ਦੁੱਧ ਦੋਸਤੋ ਦਿੱਤਾ ਹੈ, ਤੇਰ ਕੀ 30 ਪਲੱਸ ਸੰਭਾਵਨਾ ਹੈ। ਬਾਕੀ ਮੂੰਹ ਮੱਥਾ ਕੱਦ ਕਾਠ ਇਹਦਾ ਵੀ ਦੋਸਤੋ ਤੁਸੀਂ ਵੇਖ ਸਕਦੇ ਹੋ, ਬਹੁਤ ਜ਼ਿਆਦੇ ਆ। ਦੇਖ ਸਕਦੇ ਹਾਂ ਦੋਸਤੋ, ਹਵਾਨਾ ਇਹ ਵੀ ਬਹੁਤ ਵੱਡਾ ਤਿਆਰ ਕਰ ਜੂਗੀ, ਹਜੇ ਇਹਦੇ 10-12 ਦਿਨ ਰਹਿੰਦੇ ਆ। ਮੋੜ ਲਾ ਬਾਈ, ਕਿਉਂਕਿ ਜਿਹੜੀਆਂ ਬਾਹਰ ਗਾਈਆਂ ਜਾਂਦੀਆਂ ਦੋਸਤੋ, ਜੇ ਗੱਭਣ ਗਾਂ ਭੇਜਣੀ ਆ ਤਾਂ ਉਹ ਕੱਚੀ ਭੇਜੀ ਜਾਂਦੀ ਹੈ, ਤੇ ਜੇ ਉਹ
नेड़ हो गए सून दे, फिर जो सू पैंदी उदू बाद च भेजा जांदा रास्ते च पशु नू जां जिहड़े वीर लैके जांदे उहनां नू कोई मुश्किल ना आवे, इहदे करके जिहड़ियां आम गाइयां इहनां कोल कच्चियां ही हुंदियां दोस्तो, उदू बाद चो तैयार देख सकदे दोस्तो। ये जिहड़ी टैला दोस्तो ये तो पता लग जांदा वी हवाना पशु किन्ना कढूगा। तीन नंबर ते वी बहुत उच्चे लंबे कद दी वड्डे हवाने दी गां, उहदे बारे वी बाई तो पुछदे आ बई, इह तीन नंबर वाली बारे दसी। सारिया गाइया का ही बहुत ज्यादा है, उच्चे लंबे कद दियां, मूह मथे दियां सोहणियां, ब्रीड चंगी है, थान देख सकते हैं दोस्तो, बिथी बहुत वधिया है, तोर लग गए नूर हवाना दोस्तो, ये भी बहुत वड्डा है, दस दिन रेंदे आ तो वड्डा हवाना तैयार करना इन्हें, तो ये देख सकते हैं हुण भी हवाने दे विच कोई कमी नहीं हैगी। मोड़ ला वीरे, बस ये दोस्तो उच्चे लंबे कद दियां ज़्यादा वेल वालियां गाइयां, फार्म वालियां गाइयां दोस्तो, ये घर वालियां जिहड़ियां छोटियां चिफ हुंदियां उदां दियां गाइयां नहीं हैगियां, थान हवाना देखण वाला दोस्तो। बाकी ये मूँह मत्थे की भी बहुत सोहनी बैड है, इन्हां दी दोस्तो जिहड़ी वीडियो बनाई है उहदे च सारे पशु चंगे ही रहे, क्योंकि ये चंगे खरीद करदे आ, चंगे पशु अगे वेचदे आ बई। जिहड़ी इह चार नंबर ते जिहड़ी बैठ, हांजी भई, इह बच्ची उमर आ गई 20 महीने जी, सारी 20 महीने उम्र है, हीरी है तंदो, बहुत चंगी बच्ची है। किन्ना चिर रहिंदा? 25 दिन पए जी भई, 25 दिन पए है, दंदो खीरी है, दंदो प्योर खीरी है जमाई है। ठीक है दोस्तो, खीरी बच्ची दा कद तुसीं दूजी गां दे बराबर कंपेयर कर लो, बहुत ज्यादा है, ਤਲਿਆਰੇ ਫੜ ਕੇ ਤੁਰਦੀਆਂ ਨੇ ਦੋਸਤੋ, ਕਿਉਂਕਿ ਖੁੱਲੀਆਂ ਰਹਿਣ ਗਿਜੀਆਂ ਗਾਈਆਂ ਜਿਹੜੀਆਂ ਉਹ ਆਪਦੀ ਮਰਜ਼ੀ ਨਾਲ ਹੀ ਤੁਰਦੀਆਂ ਫਿਰਦੀਆਂ ਦੋਸਤੋ। ਹਵਾਨਾ ਇਹਦਾ ਵੀ ਦੇਖਣ ਵਾਲਾ, ਹਜੇ ਨੇ ਬਣਾਉਣਾ, 25 ਦਿਨ ਹਜੇ ਦੇ ਸੂਨ 'ਚ ਰਹਿੰਦੇ ਆ, ਦੰਦੋਂ ਖੀਰੀ ਹੈ, ਕੱਦ ਕਾਠ ਬਹੁਤ ਜ਼ਿਆਦਾ ਆ, ਉਹ ਤੁਸੀਂ ਵੀਡੀਓ 'ਚੋਂ ਦੇਖ ਰਹੇ ਆ, ਦੇਖ ਸਕਦੇ ਥਣਾਂ 'ਚ ਬਿੱਥੀ ਦੋਸਤੋ, ਇਹਨੇ ਵੀ ਦੂਜੀਆਂ ਗਾਈਆਂ ਵਾਂਗੂ ਬਹੁਤ ਜ਼ਿਆਦਾ ਕੱਢਣੀ ਹੈ। ਹਵਾਨਾ ਤੁਸੀਂ ਇੱਥੋਂ ਦੇਖ ਲਓ, ਅਗਲੇ ਥਣਾਂ 'ਚ ਬਿੱਥੀ ਵੀ ਬਹੁਤ ਜ਼ਿਆਦਾ ਆ, ਅਤੇ ਪਿਛਲੇ ਥਣ ਵੀ ਦੋਸਤੋ ਬਹੁਤ ਬਿੱਥੀ ਤੇ। ਇਹਦੋਂ ਅੱਗੇ ਇੱਕ ਤਾਜ਼ੀ ਸੂਈ ਗਾਂ ਬਾਈ ਕੋਲ, ਇਹਦੇ ਬਾਰੇ ਵੀ ਪੁੱਛਦੇ ਆ। ਇਹ ਬਾਈ ਕੱਲ੍ਹ ਸੂਈ ਹੈ ਜੀ, ਕੱਲ ਸੂਈ ਹੈ, ਕਿੰਨਵੇਂ ਸੂਏ ਸੂਈ ਹੈ? ਦੂਏ ਸੂਏ ਸੂਈ ਹੈ, 6 ਦੰਦ ਹੈ ਜੀ, ਦੰਦੋ 6 ਦੰਦ, ਠੀਕ ਹੈ। ਤੇ ਬੱਚਾ ਨੇ ਕੀ? ਬੱਚਾ ਜੀ ਵਧੀਆ ਅੰਪੋਟਰ ਸੀਮਨ ਦੀ ਬੱਚੀ, ਇਹਦੇ ਮਰੀ ਬੱਚੀ ਦਿੱਤੀ, ਪੀੜੀ ਫਿਰ ਸੀਮਨ ਦੀ ਬੱਚੀ ਤੱਕ ਆਏ, ਠੀਕ ਹੈ। ਤੇ ਅੱਗੇ ਇਹ ਦੁੱਧ ਕਿੰਨਾ ਕਰ ਦੂ? ਦੁੱਧ ਦਾ ਪਲੋਂ ਦਾ 24 ਟੋ ਦਾ ਰਟਾੜ ਹੈ ਬਾਈ, 24 ਦਾ, ਹਾਂਜੀ ਠੀਕ ਹੈ। ਦੂਜੇ ਸੂਏ ਇੱਕ ਵਾਰ ਜਾਊ, 25 ਪਲੱਸ ਦੁੱਧ ਜਾਊਗੀ, ਠੀਕ ਹੈ। ਖੋਲ ਲਓ ਬਈ ਇਹਨੂੰ ਦੋਸਤੋ, ਤਾਜ਼ੀ ਸੂਈ ਮਗਰ ਵੱਛੀ, ਵੱਛੀ ਸਾਹਮਣੇ ਜਿਹੜੀ ਖੜੀ ਹੈ ਦੋਸਤੋ, ਤੁਸੀਂ ਦੇਖ ਸਕਦੇ ਹੋ। ਬਾਕੀ ਇਹ ਵੀ ਗਾਂ ਵੀ ਬਹੁਤ ਸੋਹਣੀ, ਆਪ ਵੀ ਪਹਿਲੇ ਸੂਏ 24 ਕਿਲੋ ਦੁੱਧ ਬਾਈ ਜਿਹੜੀ ਦੱਸਦੇ, ਇਹਨਾਂ ਨੂੰ ਦੱਸਿਆ ਗਿਆ ਵੀ ਇਹਨਾਂ ਨੇ ਇਹਨਾਂ ਦਿੱਤਾ ਐਰਕੀ ਦੋਸਤੋ, ਉਹਨੂੰ ਵੱਧ ਦੇਣਾ ਚਾਹੀਦਾ, ਕਮਾਲ ਆ ਵੀਰੇ, 6 ਦੰਦ ਵੈੜ ਆ ਦੋਸਤੋ, ਸਾਰੇ ਪਸ਼ੂ ਇਹਨਾਂ ਦੇ ਹਜੇ ਦੰਦਾਂ ਦੇ ਵਿੱਚ ਹੀ ਹੈ, ਕਹਿ ਲਓ ਵੀ ਇਹ ਹਜੇ ਇਹਨਾਂ ਨੇ ਜਵਾਨ ਹੋਣਾ, ਪੂਰੇ ਦੰਦ ਜਿਹੜੇ ਹਜੇ ਸਿੱਟਣਗੇ, ਜਿਹੜੇ ਛਿੱਗੇ ਦੰਦ ਆ ਦੋਸਤੋ ਸਿੱਟ ਕੇ, ਉਦੋਂ ਬਾਅਦ 'ਚ ਇਹਨਾਂ ਨੇ ਜਵਾਨ ਹੋਣਾ। ਸੋ ਇਹ ਚੰਗੀਆਂ ਗਾਈਆਂ ਦੋਸਤੋ, ਜਿੰਨੀਆਂ ਵੀ ਤੁਹਾਨੂੰ ਦਿਖਾਈਆਂ, ਰੇਟ ਵੀ ਤੁਹਾਨੂੰ ਆਈਡੀਆ ਦੋਸਤੋ ਦੇਤਾ ਵੀ 60,000 ਤੋਂ ਉੱਤੇ ਤੇ ਲੱਖ ਦੇ ਆਸ ਪਾਸ ਦੀਆਂ ਗਾਈਆਂ। ਜਿਹੜੀ ਵੀ ਗਾਂ ਤੁਹਾਡੇ ਪਸੰਦ ਆਉਂਦੀ ਹੈ, ਇੱਥੇ ਆਓ, ਦੇਖੋ, ਪਸੰਦ ਕਰੋ, ਤਸੱਲੀ ਕਰਕੇ ਬਾਈ ਜੀ ਹੋਰਾਂ ਕੋਲੋਂ ਖੋਲੋ। ਬਾਕੀ ਦੋਸਤੋ ਨੰਬਰ ਇਹਨਾਂ ਦਾ ਸਕਰੀਨ ਉੱਤੇ ਚੱਲ ਰਿਹਾ, ਇਸ ਨੰਬਰ ਉੱਤੇ ਤੁਸੀਂ ਕਾਲ ਜਦੋਂ ਮਰਜ਼ੀ ਕਰ ਸਕਦੇ ਹੈ। ਬਾਕੀ ਜਿਹੜੇ ਵੀਰ ਕੋਈ ਬਾਹਰਲੀ ਸਟੇਟ ਤੋਂ ਪਸ਼ੂ ਮੰਗਵਾਉਣਾ ਚਾਹੁੰਦੇ, ਉਹ ਵੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਆ, ਕਿਉਂਕਿ ਇਹਨਾਂ ਕੋਲ ਰੂਟੀਨ 'ਚ ਪਸ਼ੂ ਆਉਂਦੇ ਆ, ਪੂਰੀ ਗੱਡੀ ਦਾ ਇਹ ਪ੍ਰਬੰਧ ਕਰ ਦਿੰਦੇ ਆ ਦੋਸਤੋ। ਕਈ ਵਾਰ ਤੁਸੀਂ ਪੂਰੀ ਇੱਕ ਗੱਡੀ ਮੰਗਾਉਣੀ ਹੁੰਦੀ ਹੈ ਜੀ, 8 ਗਾਈਆਂ ਬਾਈ ਜੀ ਹੋਰੀ ਲੋਡ ਕਰਦੇ ਵੱਡੀ ਗੱਡੀ, ਅਤੇ ਨਾਲ ਫੁੱਲ ਜਿਹੜੇ ਕਾਗਜ਼ ਪੱਤਰ ਉਹ ਤਿਆਰ ਕਰਕੇ ਦਿੰਦੇ ਆ। ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ। ਇਹ ਗਾਈਆਂ ਜਿਹੜੀਆਂ ਜੇ ਕਿਸੇ ਵੀਰ ਨੂੰ ਪਸੰਦ ਆਉਂਦੀਆਂ ਤਾਂ ਇਹਨਾਂ ਨਾਲ ਤੁਸੀਂ ਸੰਪਰਕ ਕਰਕੇ ਸੌਦਾ ਕਰ ਸਕਦੇ ਹੋ।